ਰੋਪੜ ਤੇ ਘੋਰ ਖਤਰਾ ਮੰਡਰਾ ਰਿਹਾ ਹੈ। ਰੋਪੜ ਜਲੰਧਰ ਬਾਈਪਾਸ ਤੇ ਸਤਲੁਜ ਦਰਿਆ ਤੇ ਬਣੇ ਫਲਾਈਓਵਰ ਦੀਆਂ ਸਲੈਬਾਂ ਖਿਸਕ ਕੇ ਬਾਹਰ ਆ ਚੁੱਕੀਆਂ ਹਨ। ਤੁਹਾਨੂੰ ਦੱਸ ਦੇਣੀ ਹੈ, ਖਤਰਾ ਕਾਫੀ ਜ਼ਿਆਦਾ ਵੱਧਦਾ ਨਜ਼ਰ ਆ ਰਿਹਾ। ਹੱਥਾਂ ਵਿੱਚ ਬੈਨਰ ਲੈ ਕੇ ਸੜਕ ਤੇ ਖੜੇ ਇਹ ਵਿਅਕਤੀ ਕਿਸੇ ਲੀਡਰ ਜਾਂ ਮੰਤਰੀ ਦੇ ਸਵਾਗਤ ਲਈ ਨਹੀਂ ਖੜੇ, ਬਲਕਿ ਲੋਕਾਂ ਦੀ ਜਾਨਮਾਲ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਹ ਲੋਕ ਰੋਪੜ ਜਲੰਧਰ ਬਾਈਪਾਸ ਤੇ 180 ਕਰੋੜ ਦੀ ਲਾਗਤ ਨਾਲ ਬਣੇ ਫਲਾਈਓਵਰ ਬਾਰੇ ਲੋਕਾਂ ਨੂੰ ਸਾਵਧਾਨ ਕਰ ਰਹੇ ਨੇ, ਕਿਉਂਕਿ ਅਕਾਲੀ ਭਾਜਪਾ ਸਰਕਾਰ ਸਮੇਂ ਸਤਲੁਜ ਦਰਿਆ ਤੇ ਬਣਾਏ ਫਲਾਈਓਵਰ ਦੀਆਂ ਸਲੈਬਾਂ ਖਿਸਕ ਕੇ ਬਾਹਰ ਆ ਚੁੱਕੀਆਂ ਨੇ ਤੇ ਕਿਸੇ ਵੀ ਸਮੇਂ ਇਹ ਡਿੱਗ ਸਕਦੀਆਂ ਨੇ, ਜਿਸ ਨਾਲ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਦੇਖੋ ਜੀ, ਇਹ ਜਿਹੜੇ ਟੈਕਨੀਕਲ ਟੀਮ ਹੈਗੀ ਆ ਜਾਂ ਠੇਕੇਦਾਰ ਹੈਗਾ ਜਾਂ ਜਿਹੜੇ ਮਹਿਕਮੇ ਜ਼ਿੰਮੇਵਾਰ ਨੇ ਇਸ ਚੀਜ਼ ਦੇ, ਇਹ ਉਹਨਾਂ ਦੀ ਇੱਕ ਜਾਂਚ ਹੋਣੀ ਚਾਹੀਦੀ ਹੈ। ਅਗਰ ਬਾਈ ਦਾ ਰੱਬ ਨਾ ਕਰੇ ਜਿਹੜੇ ਉੱਪਰੋਂ ਵਾਹਨ ਨਿਕਲਦੇ ਨੇ, ਕਿਤੇ ਹਾਦਸਾ ਹੋ ਗਿਆ, ਇਹ ਪੁਲ ਗਿਰ ਗਿਆ, ਉਹਨਾਂ ਦੀ ਕਿਤੇ ਨਾ ਕਿਤੇ ਡੈਥ ਹੋ ਗਈ, ਤਾਂ ਇਹ ਮਹਿਕਮੇ ਉੱਤੇ ਜਾਂ ਸੰਬੰਧਿਤ ਜਿਹੜਾ ਵੀ ਇਹਦੇ ਲਈ ਜ਼ਿੰਮੇਵਾਰ ਬੰਦਾ ਹੋਏਗਾ, ਚਾਹੇ ਠੇਕੇਦਾਰ ਹੈ ਚਾਹੇ ਕੋਈ ਅਫਸਰ ਹੈ, ਉਹਨਾਂ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਔਰ ਇਹਦੀ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਆ। ਕਾਰਨ ਇਹਦਾ ਇਹਦੇ 'ਚ ਇਹ ਮੰਨ ਰਿਹਾ ਕਿ ਕਿਤੇ ਨਾ ਕਿਤੇ ਇਹ 'ਚ ਕੋਈ ਨਾ ਕੋਈ ਘਪਲੇਬਾਜ਼ੀ ਹੋਈ ਹੋਈ ਆ, ਕਿਉਂਕਿ ਸ਼ਰੇਆਮ ਦਿਖ ਰਿਹਾ ਜਿਹੜਾ 3 ਸਾਲ ਦੇ ਵਿੱਚ ਐਡਾ ਬੜਾ ਪੁਲ ਆ, ਜਿਹੜਾ 100-100 ਸਾਲ ਚੱਲਦੇ ਨੇ, ਉਹ 3 ਸਾਲ ਦੇ ਵਿੱਚ ਡਿਗੂ ਕਰ ਰਿਹਾ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਅਣਗਹਿਲੀ ਵਰਤੀ ਗਈ ਆ ਜਾਂ ਫਿਰ ਇਹ ਘਪਲੇਬਾਜ਼ੀ ਹੋਈ ਹੋਈ ਆ। ਜਿਹੜੇ ਮਹਿਕਮੇ ਦੀ ਮਿਲੀ ਭੁਗਤ ਹੋਈ ਹੋਈ ਆ, ਉਹ ਸਾਹਮਣੇ ਜੱਗ ਜ਼ਾਹਰ ਹੋਣੀ ਚਾਹੀਦੀ ਹੈ। ਇਹ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਹੈ, ਲੋਕਾਂ ਦਾ ਪੈਸਾ ਹੈ, ਅਤੇ ਇਹ ਬਿਲਕੁਲ ਇਹਦੀ ਜਾਂਚ ਹੋਣੀ ਚਾਹੀਦੀ, CBI ਜਾਂਚ ਹੋਵੇ, ਵੱਡੀ ਤੋਂ ਵੱਡੀ ਜਾਂਚ ਹੋਣੀ ਚਾਹੀਦੀ ਇਹਦੀ। ਇਸ ਦੇ ਨਾਲ ਸਲੈਬਾਂ ਦੇ ਡਿੱਗਣ ਦੇ ਕਾਰਨ ਸਲਿਪ ਰੋਡ ਤੇ ਲੰਘਣ ਵਾਲੇ ਲੋਕਾਂ ਨੂੰ ਕੋਈ ਜਾਨੀ ਨੁਕਸਾਨ ਨਾ ਹੋਵੇ, ਇਸ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਹਾਈਵੇ ਤੇ IIT ਰੂਪਨਗਰ ਨੂੰ ਕੱਟਦੇ ਸਲਿਪ ਰੋਡ ਤੇ ਦੋਵੇਂ ਪਾਸੇ ਦੀਵਾਰਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ। ਲੇਕਿਨ ਵੱਡੀ ਗੱਲ ਤਾਂ ਇਹ ਹੈ ਕਿ ਜਿਸ ਪੁਲ ਦੇ ਹੇਠਾਂ ਤੋਂ ਇਹ ਸਲੈਬਾਂ ਡਿੱਗਣ ਵਾਲੀਆਂ ਨੇ, ਉਸ ਪੁਲ ਤੇ ਰੋਪੜ ਤੋਂ ਜਲੰਧਰ ਸਾਈਡ ਨੂੰ ਜਾਣ ਵਾਲੀ ਰੋਡ ਨੂੰ ਬਿਲਕੁਲ ਵੀ ਬੰਦ ਨਹੀਂ ਕੀਤਾ ਗਿਆ ਤੇ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਦਾ ਹੈ। ਦੇਖੋ, ਅਸੀਂ ਲੋਕ ਜਗਾਓ ਮੰਚ ਦੇ ਜੋ ਵਲੰਟੀਅਰ ਨੇ ਇੱਥੇ ਇਸ ਕਰਕੇ ਪਹੁੰਚੇ ਸੀ ਕਿ 2017 ਦੇ ਵਿੱਚ 2.25 ਲੱਖ ਕਰੋੜ ਦੀ ਲਾਗਤ ਨਾਲ ਇਹ ਪੁਲ ਬਣਿਆ ਸੀ ਬਾਈਪਾਸ ਦੇ ਉੱਪਰ ਵਾਲਾ ਰੋਪੜ ਦੇ ਵਿੱਚ, ਅਤੇ ਇਹਦੀਆਂ ਸਲੈਬਾਂ ਜੋ ਪਹੁੰਚ ਮਾਰਗ ਦੀਆਂ ਉਹ ਸਾਰੀਆਂ ਲਗਭਗ ਖਿਲਰ ਚੁੱਕੀਆਂ ਨੇ, ਗਿਰਨ ਵਾਲੀਆਂ ਨੇ, ਅਤੇ ਮਹਿਕਮੇ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਗਿਰਨ ਵਾਲੀਆਂ ਨੇ, ਇਸੇ ਕਰਕੇ ਉਹਨਾਂ ਨੇ ਜੋ ਰੋਪੜ IIT ਨੂੰ ਸੜਕ ਜਾਂਦੀ ਆ ਉਹਦੇ ਉੱਪਰ ਬੜੀਆਂ ਕੰਧਾਂ ਕਰਕੇ ਰਸਤਾ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ। ਪਰ ਦੁੱਖ ਦੀ ਗੱਲ ਇਹ ਆ ਕਿ ਇਹ ਰਸਤਾ ਹੇਠਾਂ ਦਾ ਬੰਦ ਕਰਿਆ ਹੈ ਕਿ ਉੱਪਰੋਂ ਪੁਲ ਨਾ ਗਿਰ ਜਾਵੇ, ਪੁਲ ਨਹੀਂ ਬੰਦ ਕਰਿਆ ਜਿੱਥੋਂ ਲੱਖਾਂ ਵਾਹਨ ਰੋਜ਼ ਲੰਘਦੇ ਆ। ਸੋ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਥੇ ਬੈਨਰ ਲਾਏ ਆ ਕਿ ਸਰਕਾਰਾਂ ਅਤੇ ਪੁਲ ਦੀ ਹਾਲਤ ਖਸਤਾ ਹੈ, ਸੋ ਭਾਈ ਆਪਣੇ ਜਾਂ ਤਾਂ ਰਿਸਕ 'ਤੇ ਲੰਘੋ, ਵਧੀਆ ਗੱਲ ਆ ਕਿ ਜਾਨ ਮਾਲ ਦੀ ਰਾਖੀ ਆਪਣੀ ਆਪ ਕਰੋ, ਕਿਉਂਕਿ ਸਰਕਾਰਾਂ ਇੱਥੇ ਸਰਕਾਰ ਨਾਉਂ ਦੀ ਕੋਈ ਚੀਜ਼ ਨਹੀਂ ਹੈਗੀ, ਨਾ ਪ੍ਰਸ਼ਾਸਨ ਨਾਉਂ ਦੀ ਕੋਈ ਚੀਜ਼ ਆ। ਸੋ ਤੁਸੀਂ ਦੇਖੇ ਰਹੇ ਆ ਕਿ ਉੱਪਰੋਂ ਗੱਡੀਆਂ ਲੰਘ ਰਹੀਆਂ ਹੈ ਅਤੇ ਪੁਲ ਉਹਨਾਂ ਨੇ ਖੁਦ ਮੰਨਿਆ ਕਿ ਗਿਰਨ ਵਾਲਾ। ਜਦੋਂ ਉਕਤ ਮਾਮਲੇ ਸੰਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਰ ਵਿਸ਼ਾਲ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਅੱਗੋਂ ਕੀ ਜਵਾਬ ਦਿੱਤਾ, ਤੁਸੀਂ ਆਪ ਸੁਣ ਲਓ। ਇਹ ਜਿਹੜਾ ਸਤਲੁਜ ਤੇ ਬ੍ਰਿਜ ਬਣਿਆ ਹੈ, ਇਹਦੇ ਕੁਛ ਆਰੀ ਪੈਨਲਸ ਬਾਹਰ ਆ ਗਈ ਸੀ, ਜਿਹੜੀ ਕਿ ਰੋਡ ਸਲਿਪ ਰੋਡ ਜਾਂਦੀ ਹੈ ਉਧਰੋਂ ਸਰਵਿਸ ਰੋਡ ਆਪਣੀ IIT, ਉਹ ਅਸੀਂ ਥੋੜ੍ਹੀ ਦੇਰ ਲਈ ਬੰਦ ਕੀਤੀ ਹੈ ਐਜ਼ ਏ ਪ੍ਰੀਕੋਸ਼ਨਰੀ ਹੁੰਦੀ ਹੈ, ਕਿਉਂਕਿ ਗੌਰਮੈਂਟ ਨੇ ਇੱਕ ਟੀਮ ਬਣਾਈ ਹੈ, ਹਾਈ ਲੈਵਲ ਕਮੇਟੀ ਬਣਾਈ ਹੈ। ਅਸੀਂ ਇਹਦੀ ਜਾਂਚ ਲਈ IIT ਰੁੜਕੀ ਨੂੰ ਲਿਖਿਆ ਸੀ, ਉਹਨਾਂ ਦੇ ਪ੍ਰੋਫੈਸਰ ਆ ਕੇ ਇਹਦੀ ਜਾਂਚ ਕਰ ਗਏ ਹੈ, ਉਹਨਾਂ ਨੇ ਰਿਪੋਰਟ 2-4 ਦਿਨ 'ਚ ਹਾਲੇ ਦੇਣੀ ਹੈ ਇਸ ਬਾਰੇ। ਅਤੇ ਰੈਮਡੇਸਿਵਿਰ ਕੀ ਹੋ ਸਕਦਾ ਕਿ ਕਿਉਂ ਆਏ ਬਾਹਰ, ਉਹਨਾਂ ਨੂੰ ਅੱਗੇ ਨਾ ਕੋਈ ਇੱਦਾਂ ਦੀ ਘਟਨਾ ਹੋਵੇ ਕਿ ਜਿਹਦੇ ਨਾਲ ਕੋਈ ਐਕਸੀਡੈਂਟ ਹੋ ਜਾਵੇ ਜਾਂ ਕਿਸੇ ਉੱਪਰ ਗਿਰ ਜਾਵੇ, ਅਤੇ ਉਹਨੂੰ ਰੋਕਣ ਲਈ ਉਹਨਾਂ ਨੇ ਰਿਪੋਰਟ ਸਾਨੂੰ ਹਾਲੇ ਸਬਮਿਟ ਕਰਨੀ ਹੈ, ਉਹ ਅਸੀਂ ਵੇਟ ਕਰ ਰਹੇ ਹਾਂ, ਉਸ ਤੋਂ ਬਾਅਦ ਇਹ ਰਸਤਾ ਖੁੱਲ੍ਹ ਦਿੱਤਾ ਜਾਵੇ। ਉਹ ਥੱਲੇ ਜਿਹੜੀ ਆਰੀ ਪੈਨਲਸ ਹੈ ਉਹ ਥੱਲੇ ਡਿੱਗਣਗੇ, ਉੱਪਰ ਤਾਂ ਡਿੱਗ ਨਹੀਂ ਸਕਦੇ ਕਿਸੇ, ਇਸ ਕਰਕੇ ਥੱਲੇ ਡਿੱਗਣ ਲਈ ਅਸੀਂ ਜੋ ਵੀ ਐਕਸੀਡੈਂਟ ਹੋਣਾ ਸੀ ਉਹ ਥੱਲੇ ਹੀ ਹੋ ਸਕਦਾ ਸੀ ਆਰੀ ਪੈਨਲ ਗਿਰਨ ਨਾਲ, ਇਸ ਕਰਕੇ ਥੱਲੇ ਵਾਲਾ ਰਸਤਾ ਅਸੀਂ ਬੰਦ ਕੀਤਾ। ਸਰ, ਜਨਤਾ ਦਾ ਸਵਾਲ ਹੈ, ਜੇ ਥੱਲੇ ਤੋਂ ਪੁੱਲ ਥੱਲੇ ਗਿਰਨਾ ਸਰ, ਤਾਂ ਉੱਪਰ ਤੋਂ ਵੀ ਤਾਂ ਸਾਰਾ ਹੀ ਥੱਲੇ ਆਊਗਾ ਸਰ। ਨਹੀਂ ਨਹੀਂ, ਉਹ ਆਰੀ ਪੈਨਲ ਨਾਲ ਥੱਲੇ ਨਹੀਂ ਆ ਸਕਦਾ, ਆਰੀ ਪੈਨਲ ਇੰਡੀਪੈਂਡੈਂਟ ਐਕਟ ਕਰ ਰਹੀ ਹੈ, ਇਸ ਕਰਕੇ ਆਰੀ ਪੈਨਲ ਦਾ ਹੀ ਅਸੀਂ ਰੋਕਣ ਲਈ ਉਹਦੇ ਲਈ IIT ਪ੍ਰੋਫੈਸਰ ਨੂੰ ਬੁਲਾਇਆ ਸੀ। ਉਹ ਹਾਲੇ ਉਹਨਾਂ ਦੀ ਰਿਪੋਰਟ ਆਉਣੀ ਹੈ, ਅਤੇ ਜਦ ਉਹ ਰਿਪੋਰਟ ਆ ਜਾਏਗੀ ਉਹਦਾ ਰੈਮਡੇਸਿਵਿਰ ਉਹ ਦੱਸ ਦੇਣਗੇ, ਅਸੀਂ ਉਹ ਲੈ ਲਾਂਗੇ। ਵਿਭਾਗ ਦੇ ਅਧਿਕਾਰੀਆਂ ਦੇ ਜਵਾਬ ਸੁਣ ਕੇ ਤੁਹਾਨੂੰ ਸ਼ਾਇਦ ਹਾਸਾ ਆਉਂਦਾ ਹੋਵੇਗਾ। ਇਹ ਤਾਂ ਉਹ ਗੱਲ ਹੋ ਗਈ ਕਿ ਇੱਕ ਮਕਾਨ ਦੀਆਂ ਕੰਧਾਂ ਡਿੱਗਣ ਲਈ ਤਿਆਰ ਨੇ ਤੇ ਸਰਪੰਚ ਸਾਹਿਬ ਘਰ ਦੇ ਮਾਲਕਾਂ ਨੂੰ ਅੰਦਰ ਜਾਣੋਂ ਰੋਕ ਰਹੇ ਨੇ ਤਾਂ ਕਿ ਵੱਡਾ ਹਾਦਸਾ ਨਾ ਹੋ ਜਾਵੇ। ਪਰ ਛੱਤ ਤੇ ਬੈਠੇ ਲੋਕਾਂ ਨੂੰ ਸਰਪੰਚ ਸਾਹਿਬ ਕਹਿੰਦੇ ਨੇ ਕਿ ਛੱਤ ਨੂੰ ਕੋਈ ਖਤਰਾ ਨਹੀਂ, ਹੇਠਾਂ ਵਾਲਿਆਂ ਨੂੰ ਹੀ ਖਤਰਾ ਹੈ।
लेकिन यह कोई हसन की गल नहीं है बल्कि हाईवे दे पुल तो रोजाना लंघन वाले हजारा लोगों की जिंदगी का सवाल बनया हुआ है। इसलिए प्रशासन चाहिए है कि लोगों की जान माल की रक्षा लिए जिस पासे पुल हेठां दीयां स्लैबां डिगण लई तैयार हैं उस पासे की रोड नूं बंद करके इसकी मुरम्मत करवाई जाए ता जो जनता का कोई जानी माली नुकसान ना होवे। लिविंग इंडिया न्यूज़ लई रूपनगर तो सज्जन सैनी दी सज्जन सैनी साढ़े पत्रकार रोपड़ तो साढ़े नाल जुड़े ने। सज्जन वाकई किन्ना खतरा नज़र आ रहा है, प्रशासन भी बेखबर नज़र आ रहा है, जांच की गल कर रहा, रिपोर्ट आने का इंतजार कर रहा है, पूरे मामले तो बेखबर नज़र आ रहे हैं। सज्जन जी मेरी आवाज़ आ रही थोड़े तक? सज्जन जी मेरा सवाल ये है किन्ना खतरा है? चलो फिर तो संपर्क करने की कोशिश करांगे। फिलहाल असी इस पुल की गल कर रहे हैं, पुल उत्ते लंघण वाले सावधान रहन। फिलहाल साफ तौर पर ये पोस्टर्स लैके लोग खड़े हुए हैं, प्रशासन लाचार ते गैर जिम्मेदार है, ये भी लिखा गया है। तो तुम देख सकते हो फ्लाईओवर ते किवें खतरा बनया हुआ है, स्लैब्स बाहर आ रहे हैं जिदे करके काफ़ी ज़्यादा खतरा बनया हुआ है।